ਰਾਜ ਦੀ ਗੱਲ ਕਿਉਂ ਨਾ ਕਰੀਏ ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ ਸ੍ਰੀ ਮੁਖਮਾਕ ਭਨੇ ਉਹ ਗਰੀਬ ਨਿਵਾਸ ਸ਼ਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦੇ ਮਲੇ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 31 ਦਸੰਬਰ ਰਾਤੀ 10:30-11 ਵਜੇ ਸਿੰਘੂ ਬਾਰਡਰ ਦਿੱਲੀ ਆਏ ਸੀ ਐਂਡ ਰਾਤ ਆਪਾਂ ਰਹੇ ਹਾਂ ਖਾਲਸਾ ਨੇ ਜਿਹੜੇ ਸ਼ੈਲਟਰ ਹੋਮ ਬਣਾਏ ਨੇ ਸਾਰੇ ਕਿਸਾਨਾਂ ਦੇ ਨਾਲ ਬਹੁਤ ਆਨੰਦ ਆਇਆ ਬਹੁਤ ਮਜ਼ਾ ਆਇਆ ਸੋ ਹੁਣ ਆਪਾਂ ਨਹਾ ਧੋ ਕੇ ਤਿਆਰ ਤਿਉਰ ਹੋ ਕੇ ਆਪਾਂ ਮੋਰਚੇ 'ਤੇ ਚੱਲੇ ਟੂ ਐਕਸਪੀਰੀਅੰਸ ਹਾਊ ਦਿਸ ਪ੍ਰੋਟੈਸਟ ਇਜ਼ ਗੋਇੰਗ ਔਨ ਬਹੁਤ ਬਹੁਤ ਵਧਾਈਆਂ ਜੀ ਸੋ ਨਵਾਂ ਸਾਲ 1 ਜਨਵਰੀ 2021 ਦਾ ਅੱਜ ਸਿੰਘੂ ਬਾਰਡਰ 'ਤੇ ਚੜ੍ਹਿਆ ਅਤੇ ਸਾਰੇ ਕਿਸਾਨਾਂ ਨੂੰ ਮੋਰਚੇ 'ਤੇ ਸੰਘਰਸ਼ ਕਰਦਿਆਂ ਡਟੇ ਹੋਏ ਵੇਖਿਆ ਅਲੱਗ ਅਲੱਗ ਤਰ੍ਹਾਂ ਦੇ ਲੰਗਰ ਸਾਰਿਆਂ ਨੇ ਲਾਏ ਹੋਏ ਨੇ ਆਪਣੇ ਧਰਨੇ 'ਤੇ ਡਟੇ ਹੋਏ ਨੇ ਸਾਡੇ ਬਜ਼ੁਰਗ ਨੇ ਜਿਹੜੇ ਉਹ ਸਾਨੂੰ ਸਾਡੇ ਮੂਹਰੇ ਸਭ ਤੋਂ ਅੱਗੇ ਜਿਹਨੂੰ ਕਹਿੰਦੇ ਪਹਾੜ ਬਣ ਕੇ ਖੜ੍ਹੇ ਨੇ ਥੋੜ੍ਹੀ ਦੇਰ ਪਹਿਲਾਂ ਇੱਕ ਮਾਤਾ ਜੀ ਨਾਲ ਗੱਲਾਂ ਕਰਦੇ ਸੀ ਉਹਨਾਂ ਨੇ ਇੰਨੀਆਂ ਇੱਕ ਘੈਂਟ ਗੱਲਾਂ ਕਹੀਆਂ ਕਿ ਗੱਲਾਂ ਸੁਣ ਕੇ ਲੂ ਕੰਡੇ ਖੜ੍ਹੇ ਹੋ ਜਾਂਦੇ ਨੇ ਗੱਲਾਂ ਸੁਣ ਕੇ ਤੁਹਾਡੇ 'ਚ ਜਿਹੜਾ ਜੋਸ਼ ਆ ਉਹ ਭਰ ਹੋ ਜਾਂਦਾ ਹੈ ਨਾ ਸੋ ਪੂਰਾ ਘੁੰਮ ਕੇ ਸਾਰੇ ਸੈਰ ਕਰਦੇ ਹੋਏ ਸਾਰਾ ਕੁਝ ਰਹਿੰਦੇ ਹੋਏ ਹੁਣ ਫਾਈਨਲੀ ਅਸੀਂ ਗੁਰੂ ਤੇਗ ਬਹਾਦਰ ਮੈਮੋਰੀਅਲ ਆਏ ਹਾਂ ਇੱਥੇ ਦੇਖਣ ਸੋ ਵਿਲ ਕੀਪ ਯੂ ਅਪਡੇਟਿੰਗ ਫਰਦਰ ਥੈਂਕ ਯੂ ਵੈਲਕਮ ਟੂ ਖੀਰ ਦਾ ਲੰਗਰ ਜੀ ਬਾਬੇ ਦੀ ਪੂਰੀ ਕਿਰਪਾ ਭਾਈ